ਸਾਡੇ ਅਤਿ ਸਤਿਕਾਰਯੋਗ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ, ਉਹਨਾਂ ਨੂੰ ਬਹੁਤ ਵਧੇਰੇ ਸੰਗਤਾਂ ਯਾਦ ਕਰਦੀਆਂ ਨੇ। ਇਸੇ ਲਈ ਉਹਨਾਂ ਦੀ ਜ਼ੁਬਾਨ ਤੋਂ ਜਦੋਂ ਸਤਿਗੁਰੂ ਦੀ ਪਵਿੱਤਰ ਬਾਣੀ ਦੀ ਕਥਾ ਹੋਇਆ ਕਰਦੀ, ਬਹੁਤ ਵਧੇਰੇ ਰਸ ਬਣਦਾ। ਰਸ ਕਿਸੇ ਸਰੀਰਾਂ ਦਾ ਨਹੀਂ, ਪਰਮੇਸ਼ਰ ਦੇ ਨਾਮ ਦਾ ਉਹ ਕਮਾਈ ਸਦਕਾ ਹੁੰਦਾ। ਸੰਤ ਜੀ ਪਿਆਰ ਨਾਲ ਆਪਣੇ ਨਿਕਟਵਰਤੀਆਂ ਕੋਲ ਦੱਸਿਆ ਕਰਦੇ ਕਿ ਸਤਿਗੁਰੂ ਜੀ ਦੀ ਕਿਰਪਾ ਸਦਕਾ ਅਸੀਂ 36 ਲੱਖ ਮੂਲ ਮੰਤਰ ਦਾ ਪਾਠ ਕੀਤਾ, 125 ਲੱਖ ਜਪਜੀ ਸਾਹਿਬ ਦਾ ਪਾਠ ਕੀਤਾ ਅਤੇ ਫਿਰ ਸ੍ਰੀ ਹਰਿਮੰਦਰ ਸਾਹਿਬ ਦੀ ਉੱਪਰਲੀ ਛੱਤ 'ਤੇ ਬੈਠ ਕੇ ਮੂਲ ਮੰਤਰ ਅਤੇ ਗੋਬਿੰਦੇ ਮੁਕੰਦੇ ਵਾਲਾ ਪੂਰਾ ਛੰਦ ਵਾਹਿਗੁਰੂ ਮੰਤਰ ਨਾਲ ਮਿਲਾ ਕੇ 125 ਲੱਖ ਇਹਦਾ ਜਾਪ ਕੀਤਾ। ਇੱਕ ਵਾਰੀ 1957 ਦੀ ਗੱਲ, ਆਪਣੇ ਇੱਕ ਪਿਆਰ ਵਾਲੇ ਭਾਈ ਸਾਹਿਬ ਜੀ ਨੂੰ ਕਹਿਣ ਲੱਗੇ ਪਿਆਰ 'ਚ ਬੈਠ ਕੇ, ਭਾਈ ਸਤਿਗੁਰੂ ਜੀ ਦੀ ਰਹਿਮਤ ਹੈ, ਕਹਿੰਦੇ ਇੱਕ ਵਾਰ ਬੋਪਾ ਰਾਏ ਕਲਾ ਸਾਂ ਇਸੇ ਤਰ੍ਹਾਂ ਅਭਿਆਸ 'ਚ ਬੈਠੇ ਸੀ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੇ ਚਰਨਾਂ ਵਿੱਚ, ਤਾਂ ਸਾਨੂੰ ਸਤਿਗੁਰੂ ਜੀ ਨੇ ਸਰਗੁਣ ਸਰੂਪ ਵਿੱਚ ਆ ਕੇ ਪ੍ਰਤੱਖ ਦਰਸ਼ਨ ਦਿੱਤੇ। ਉਸ ਦਿਨ ਤੋਂ ਬਾਅਦ ਜਦੋਂ ਵੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਉਂਦੇ ਹਾਂ ਤਾਂ ਮਹਾਰਾਜ ਪ੍ਰਤੱਖ ਉਹਨਾਂ ਚਿਰ ਦਰਸ਼ਨ ਦਿੰਦੇ ਨੇ। ਤਾਂ ਹੀ ਸੰਤ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕਥਾ ਤੋਂ ਬਗੈਰ ਵੀ ਚੌਰ ਸਾਹਿਬ ਕਰਦੇ ਬੜੇ ਪਿਆਰ ਨਾਲ ਅਤੇ ਜ਼ੁਬਾਨ ਤੋਂ ਪਿਆਰ ਨਾਲ ਕਹਿਣਾ, ਤੇਰਾ ਤੇਰਾ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮੈਂ ਤੇਰਾ, ਧੰਨ ਗੁਰੂ ਅੰਗਦ ਪਾਤਸ਼ਾਹ ਜੀ ਮੈਂ ਤੇਰਾ, ਧੰਨ ਗੁਰੂ ਗੋਬਿੰਦ ਸਿੰਘ ਜੀ ਤੇਰਾ, 10 ਗੁਰੂ ਸਾਹਿਬਾਨਾਂ ਦੇ ਨਾਂ ਨਹੀਂ ਪ੍ਰਤੱਖ ਅੰਦਰੋਂ ਦਰਸ਼ਨ ਕਰ ਰਹੇ। ਕਹਿੰਦੀ ਸੀ ਉਸ ਦਿਨ ਤੋਂ ਬਾਅਦ ਸਾਨੂੰ ਸਦਾ ਹੀ ਦਰਸ਼ਨ ਹੁੰਦੇ ਅਤੇ ਦੂਸਰਾ ਜਦੋਂ ਅੰਮ੍ਰਿਤ ਦੀ ਦਾਤ ਮਿਲੀ ਜੋ ਵਾਹਿਗੁਰੂ ਸ਼ਬਦ 5 ਪਿਆਰਿਆਂ ਨੇ ਦਿੱਤਾ, ਬਸ ਉਹ ਵਾਹਿਗੁਰੂ ਮੰਤਰ ਦਾ ਸਿਮਰਨ ਮਹਾਰਾਜ ਜੀ ਦੀ ਕਿਰਪਾ ਨਾਲ ਕਦੇ ਭੁੱਲਿਆ ਨਹੀਂ। ਜਿਵੇਂ ਕੁਗਾੜਾ ਅਮਲੀ ਹੋਵੇ ਉਹਨੂੰ ਨਸ਼ਾ ਹੁੰਦਾ, ਉਹਨਾਂ ਨਸ਼ਾ ਸਤਿਗੁਰੂ ਜੀ ਨੇ ਨਾਮ ਵਿੱਚੋਂ ਚੜਾਇਆ ਹੁੰਦਾ। ਜਿਨ੍ਹਾਂ ਦਾ ਨਸ਼ਾ ਨਾਮ ਦਾ ਹੋਵੇ, ਪ੍ਰਤੱਖ ਸਤਿਗੁਰੂ ਜੀ ਦੇ ਦਰਸ਼ਨ ਹੋਣ, ਉਹਨਾਂ ਦੀ ਜ਼ੁਬਾਨ ਤੋਂ ਨਿਕਲੇ ਬਚਨ ਕਿਉਂ ਨਹੀਂ ਮਨੁੱਖਤਾ ਦੇ ਦਿਲਾਂ ਨੂੰ ਠੰਡ ਪਾਉਣਗੇ, ਕਿਉਂ ਨਹੀਂ ਲੋਕਾਂ ਦੇ ਪਾਪ ਸਹਿਜ ਸੁਭਾਇਕ ਹੀ ਬਚਨ ਸੁਣ ਕੇ ਝੜਦੇ ਜਾਣਗੇ। ਬਸ ਮਹਾਰਾਜ ਮਿਹਰ ਕਰੇ ਸਦਾ ਹੀ ਇਹੋ ਜਿਹੇ ਪਿਆਰਿਆਂ ਦੇ ਦਰਸ਼ਨ ਦੀਦਾਰ ਮਨੁੱਖਤਾ ਨੂੰ ਬਖਸ਼ਦੇ ਰਹਿਣ।